ਮੂਸੇਪਿੰਡ ਦੇ ਲੋਕਾਂ ਨੂੰ ਲੱਖ ਲੱਖ ਲਾਂਤਾਂ ਮੂਸੇਪਿੰਡ ਦੇ ਲੋਕਾਂ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਮੈਂ ਕਹਣਾ ਵੀ ਹਰ ਇੱਕ ਬੰਦੇ ਦਾ ਦਿਲ ਡੋਲ ਜਾਣਾ ਕਿ ਜਿਹੜੇ ਮੂਸੇਪਿੰਡ ਦੇ ਲੋਕ ਅੱਜ ਸਿੱਧੂ ਮੂਸੇ ਵਾਲੇ ਦੇ ਬਾਰੇ ਬੋਲ ਰਹੇ ਨੇ ਜਾਂ ਉਹਨਾਂ ਦੇ ਪਿਤਾ ਦੇ ਖਿਲਾਫ ਬੋਲ ਰਹੇ ਨੇ ਅੱਜ ਸਿੱਧੂ ਮੂਸੇ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਮੂਸਾਪਿੰਡ ਅੱਜ ਜੇਕਰ ਇੰਟਰਨੈਸ਼ਨਲ ਤੇ ਜਾਂ ਪੂਰੀ ਦੁਨੀਆ ਦੇ ਵਿੱਚ ਜੇ ਨਾਂ ਗੂੰਜਿਆ ਤਾਂ ਉਹ ਬਲਕੌਰ ਦੇ ਪੁੱਤ ਕਰਕੇ ਗੂੰਜਿਆ ਜੇਕਰ ਅਜਮੂਸੇ ਨੂੰ ਕੋਈ ਜਾਣਦਾ ਤਾਂ ਸਿੱਧੂ ਮੂਸੇ ਵਾਲੇ ਕਰਕੇ ਜਾਣਦਾ ਮੈਂ ਉਹਨਾਂ ਲਾਹਣਤੀਆਂ ਲੋਕਾਂ ਨੂੰ ਉਹਨਾਂ ਲਾਹਣਤੀਆਂ ਲੋਕਾਂ ਨੂੰ ਲਾਹਣਤ ਪਾਉਣਾ ਓਏ ਪੰਜਾਬ ਉਹ ਮੂਸੇਪਿੰਡ ਦੇ ਲੋਕੋ ਉਹ ਤੁਹਾਡੇ ਲਈ ਕੀਤਾ ਕੀ ਨਹੀਂ ਯਾਰ ਸਿੱਧੂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੂਸੇਪਿੰਡ ਦੇ ਲੋਕਾਂ ਨੂੰ ਲੱਖ ਲੱਖ ਲਾਂਤਾਂ ਮੂਸੇ ਪਿੰਡ ਦੇ ਲੋਕਾਂ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਮੈਂ ਕਹਣਾ ਵੀ ਹਰ ਇੱਕ ਬੰਦੇ ਦਾ ਦਿਲ ਡੋਲ ਜਾਣਾ ਕਿ ਜਿਹੜੇ ਮੂਸੇ ਪਿੰਡ ਦੇ ਲੋਕ ਅੱਜ ਸਿੱਧੂ ਮੂਸੇ ਵਾਲੇ ਦੇ ਬਾਰੇ ਬੋਲ ਰਹੇ ਨੇ ਜਾਂ ਉਹਨਾਂ ਦੇ ਪਿਤਾ ਦੇ ਖਿਲਾਫ ਬੋਲ ਰਹੇ ਨੇ ਅੱਜ ਸਿੱਧੂ ਮੂਸੇ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਮੂਸਾ ਪਿੰਡ ਅੱਜ ਜੇਕਰ ਇੰਟਰਨੈਸ਼ਨਲ ਤੇ ਜਾਂ ਪੂਰੀ ਦੁਨੀਆ ਦੇ ਵਿੱਚ ਜੇ ਨਾਂ ਗੂੰਜੇ ਤਾਂ ਉਹ ਬਲਕੌਰ ਦੇ ਪੁੱਤ ਕਰਕੇ ਗੂੰਜਿਆ ਜੇਕਰ ਅਜਮੂਸੇ ਨੂੰ ਕੋਈ ਜਾਣਦਾ ਤਾਂ ਸਿੱਧੂ ਮੂਸੇ ਵਾਲੇ ਕਰਕੇ ਜਾਣਦਾ ਮੈਂ ਉਹਨਾਂ ਲਾਹਣਤਿਆਂ ਲੋਕਾਂ ਨੂੰ ਉਹਨਾਂ ਲਾਹਣਤਿਆਂ ਲੋਕਾਂ ਨੂੰ ਲਾਹਣਤ ਪਾਉਣਾ ਓਏ ਪੰਜਾਬ ਉਹ ਮੂਸੇਪਿੰਡ ਦੇ ਲੋਕੋ ਉਹ ਤੁਹਾਡੇ ਲਈ ਕੀਤਾ ਕੀ ਨਹੀਂ ਯਾਰ ਸਿੱਧੂ ਨੇ ਉਹ ਤੁਹਾਨੂੰ ਤੁਹਾਡੀ ਪਹਿਚਾਣ ਪੂਰੀ ਦੁਨੀਆ 'ਚ ਬਣਾਤੀ ਯਾਰ ਤੇ ਤੁਸੀਂ ਇੰਨਾ ਚੰਗਾ ਮੰਦਾ ਬੋਲੋਂ ਇੰਨਾ ਚੰਗਾ ਮੰਦਾ ਬੋਲੋਂ ਕੀ ਯਾਰ ਲੱਖ ਹੀ ਲਾਨਤਾ ਯਾਰ ਲੱਖ ਹੀ ਲਾਨਤਾ ਆ ਵੀਡੀਓ ਜਰੂਰ ਸੁਣ ਲਿਓ ਇੱਕ ਵਾਰੀ ਜਿਹੜੇ ਭਰਾਵਾਂ ਕੋਲੇ ਪਹੁੰਚੀ ਨੇ ਉਹ ਸੁਣ ਲਿਓ ਕਿ ਤੁਸੀਂ ਵੀ ਕਿੰਨੀਆਂ ਕਲਾਹਨਤਾ ਪਾਉਂਗੇ ਇਹਨਾਂ ਲੋਕਾਂ ਨੂੰ ਆ ਕੀ ਕੁਛ ਇਹ ਮੂਸੇਪਿੰਡ ਦੇ ਲੋਕ ਨੇ ਜਿਹੜੇ ਮੂਸੇਪਿੰਡ ਨੂੰ ਮੂਸੇਪਿੰਡ ਨੂੰ ਦੁਨੀਆ ਦੇ ਉੱਪਰ ਪਹਚਾਣ ਵਾਲਾ ਸਿੱਧੂ ਮੂਸੇ ਵਾਲਾ ਸਿੱਧੂ ਕਦੇ ਕਹਿੰਦਾ ਹੁੰਦਾ ਸੀ ਕਿ ਯਾਰ ਜਿਹੜਾ ਬੰਦਾ ਗਰੀਬੀ 'ਚੋਂ ਉੱਠ ਕੇ ਮਿਹਨਤ ਕਰਦਾ ਹੈ ਉਹ ਤੇ ਆਟੋਮੈਟਿਕ ਲੋਕ ਲੱਗਣ ਲੱਗ ਜਾਂਦੇ ਆ ਇਹ ਬਿਲਕੁਲ ਹੀ ਸਿੱਧ ਹੋ ਗਿਆ ਕਿ ਕੋਈ ਵੀ ਬੰਦਾ ਜੇਕਰ ਕੋਈ ਤਰੱਕੀ ਕਰੂਗਾ ਤਾਂ ਉਹਦੇ ਆਲੇ-ਦਾਲੇ ਦੇ ਲੋਕ ਤੇ ਉਹਦਾ ਪਿੰਡ ਆਟੋਮੈਟਿਕ ਹੀ ਉੱਤੇ ਲੱਗਣਾ ਸਟਾਰਟ ਹੋ ਜਾਂਦਾ ਤੇ ਨਾ ਹੀ ਉਹਨੂੰ ਵੋਟਾਂ ਪਾਵੇ ਇਹ ਗੱਲ ਮੂਸੇ ਪਿੰਡ ਦੇ ਲੋਕਾਂ ਨੇ ਕਲੀਅਰ ਕਰਤੀ ਕਲੀਅਰ ਤਾਂ ਕੀਤੀ ਹੈ ਕਿ ਸਿੱਧੂ ਦਾ ਪਰਿਵਾਰ ਇੰਨੀ ਤਰੱਕੀ ਕਿਉਂ ਕਰ ਗਿਆ ਇਹ ਨਹੀਂ ਸੋਚਿਆ ਕਿ ਮੂਸੇ ਪਿੰਡ ਨੂੰ ਜੇਕਰ ਪੂਰੀ ਦੁਨੀਆ ਦੇ ਵਿੱਚ ਲਜਾਣ ਵਾਲਾ ਤਾਂ ਸਿੱਧੂ ਮੂਸੇ ਵਾਲਾ ਹੈ ਇਹ ਨਹੀਂ ਸੋਚਿਆ ਕਿ ਜੇਕਰ ਮੂਸੇ ਦੀਆਂ ਜ਼ਮੀਨਾਂ ਦੇ ਰੇਟ ਵਧੇ ਨੇ ਤਾਂ ਉਹ ਸਿੱਧੂ ਮੂਸੇ ਵਾਲੇ ਕਰਕੇ ਵਧੇ ਨੇ ਇਹ ਨਹੀਂ ਸੋਚਿਆ ਕਿ ਸਿੱਧੂ ਨੇ ਵਿਕਾਸ ਕੱਲਾ ਗਲੀਆਂ ਨਾਲੀਆਂ ਦਾ ਚ ਨਹੀਂ ਕੀਤਾ ਹੋਊਗਾ ਗਲੀਆਂ ਨਾਲੀਆਂ ਨਾਲ ਵਿਕਾਸ ਨਹੀਂ ਹੁੰਦੇ ਹੁੰਦੇ ਭਰਾਵੋ ਗਲੀਆਂ ਗਲੀਆਂ ਨਾਲੀਆਂ ਬਣਾਉਣ ਨਾਲ ਵਿਕਾਸ ਨਹੀਂ ਹੁੰਦੇ ਉਥੋਂ ਦੀਆਂ ਜ਼ਮੀਨਾਂ ਦੇ ਰੇਟ ਦੇਖੋ ਕਿੰਨੇ ਦੁੱਗਣੇ ਹੋ ਗਏ ਉਥੇ ਇੰਡਸਟਰੀ ਕਿੰਨੀ ਆਉਣੀ ਸੀ ਜੇਕਰ ਸਿੱਧੂ ਜਿਉਂਦਾ ਰਹਿੰਦਾ ਬਸ ਇਹੀ ਮਨ ਦੇ ਵਿੱਚ ਆ ਸਿੱਧੂ ਦੇ ਪਿੰਡ ਦੇ ਲੋਕਾਂ ਦੇ ਉਹ ਲਾਂਹਟੀ ਲੋਕਾਂ ਦੇ ਕਿ ਸਿੱਧੂ ਤਿੰਨ ਚਾਰ ਕਿੱਲੇ ਵਾਲਾ ਇੱਕ ਨੌਜਵਾਨ ਸੀ ਇਹ ਉਹ ਤਰੱਕੀ ਕਿਉਂ ਕਰ ਗਿਆ ਇਸੇ ਕਰਕੇ ਲੱਗੀ ਜਾਂਦੇ ਆ ਮੈਂ ਕਹਣਾ ਵੀ ਅੱਜ ਕੱਲ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਇਹ ਨੇ ਕਿ ਜੇਕਰ ਕੋਈ ਗਰੀਬ ਘਰ ਦੇ ਵਿੱਚੋਂ ਉੱਠ ਕੇ ਕੋਈ ਤਰੱਕੀ ਕਰ ਜੇ ਚੰਗੀ ਰੋਟੀ ਖਾਣ ਲੱਗ ਜੇ ਚੰਗਾ ਪਹਿਨਣ ਲੱਗ ਜੇ ਕੋਈ ਗੱਡੀਆਂ ਕਾਰਾਂ ਲੈ ਲੇ ਤਾਂ ਆਟੋਮੈਟਿਕੀ ਉਸ ਬੰਦੇ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਭਾਵੇਂ ਉਹ ਕਿਸੇ ਤੇ ਜਾਨ ਛਿੜਕ ਦੇ ਭਾਵੇਂ ਕਿਸੇ ਨੂੰ ਸੋਨੇ 'ਚ ਮੜਾ ਦੇ ਪਰ ਉਹਦਾ ਵਿਰੋਧ ਆਟੋਮੈਟਿਕੀ ਹੋਣੀ ਹੋਣਾ ਕਿ ਇਹ ਸਾਡੇ ਤੋਂ ਮੂਰੇ ਕਿਉਂ ਲੰਘਿਆ ਇਹੀ ਗੱਲ ਕੀਤੀ ਹੈ ਮੂਸੇ ਪਿੰਡ ਦੇ ਲੋਕਾਂ ਨੇ ਓਏ ਲਾਨਤੀਓ ਤੁਹਾਨੂੰ ਸ਼ਰਮ ਨਹੀਂ ਆਈ ਓਏ ਸ਼ਰਮ ਹੋਣੀ ਚਾਹੀਦੀ ਸੀ ਕਿ ਨੌ ਜਬਾਨ ਜੀਨੇ ਪੂਰੇ ਪੰਜਾਬ ਪੰਜਾਬ ਦੀਆਂ ਲਾ ਲੋ ਜੇ ਪੂਰੇ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਅੱਜ ਜਾਣਦਾ ਤਾਂ ਸਿੱਧੂ ਮੂਸੇ ਵਾਲੇ ਕਰਕੇ ਜਾਣਦਾ ਜੇਕਰ ਅੱਜ ਬਲਵਿੰਦਰ ਸਿੰਘ ਜਟਾਣੇ ਨੂੰ ਨਵੀਂ ਨੌਜਵਾਨ ਪੀੜੀ ਨੇ ਪਹਿਚਾਣਿਆ ਜਾਣਿਆ ਤਾਂ ਮੂਸੇ ਵਾਲੇ ਦੇ ਗਾਣੇ ਕਰਕੇ ਜਾਣਿਆ ਐਸਬੀਐਲ ਦਾ ਮਸਲਾ ਜੇਕਰ ਚੱਕਿਆ ਤਾਂ ਮੂਸੇ ਵਾਲੇ ਦੇ ਗਾਣੇ ਨੇ ਚੱਕਿਆ ਕਿੱਡੀਆਂ ਕਿੱਡੀਆਂ ਗੱਲਾਂ ਹਰੀ ਸਿੰਘ ਨਲੂਏ ਦੀ ਬਾਤ ਗਾਈ ਤਾਂ ਮੂਸੀ ਵਾਲੇ ਮੂਸੇ ਵਾਲੇ ਕਰਕੇ ਨਵੀਂ ਜਿਹੜੀ ਜੰਗ ਨੌਜਵਾਨੀ ਐ ਉਹਨਾਂ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਪੈਦਾ ਕੀਤਾ ਮੂਸੇ ਵਾਲੇ ਦੀਆਂ ਦੇਣਾ ਕਿੱਡੀਆਂ ਨੇ ਯਾਰ ਕੱਲਾ ਵਿਕਾਸ ਪਿੰਡ ਦਾ ਇਹ ਨਹੀਂ ਹੁੰਦਾ ਕਿ ਗਲੀਆਂ ਨਾਲੀਆਂ ਨਹੀਂ ਬਣਾਈਆਂ ਜੀ ਆਹ ਤੋਬੇ ਨਹੀਂ ਕਰੇ ਜੀ ਆਹ ਪਾਰਕ ਨਹੀਂ ਬਣਾਇਆ ਜੀ ਇਹਨਾਂ ਨੂੰ ਵਿਕਾਸ ਨਹੀਂ ਕਹਿੰਦੇ ਹੁੰਦੇ ਓਏ ਮੂਸੇ ਦੇ ਲੋਕੋ ਇਹਨਾਂ ਨੂੰ ਵਿਕਾਸ ਨਹੀਂ ਕਹਿੰਦੇ ਹੁੰਦੇ ਤੁਹਾਨੂੰ ਕੌਣ ਜਾਣਦਾ ਸੀ ਓਏ ਮਾਨਸਾ ਦੇ ਵਿੱਚ ਤੁਸੀਂ ਇੱਕ ਤੁਹਾਡਾ ਮੂਸਾ ਪਿੰਡ ਇਹਨੂੰ ਕੌਣ ਜਾਣਦਾ ਸੀ ਕੋਈ ਨੋਂ ਤੱਕ ਨਹੀਂ ਲੈਂਦਾ ਸੀ ਮੂਸੇ ਪਿੰਡ ਦਾ ਜੇਕਰ ਅੱਜ ਮੂਸਾ ਮੂਸਾ ਹੁੰਦੀ ਹੈ ਤਾਂ ਤੁਹਾਡੇ ਪਿੰਡ ਦੇ ਉਹ ਨੌਜਵਾਨ ਕਰਕੇ ਹੁੰਦੀ ਹੈ ਜਿਹਦੀ ਤਰੱਕੀ ਤੋਂ ਤੁਸੀਂ ਸਾੜਾ ਕਰਦੇ ਹੋ ਜਿਹੜੀ ਤਰੱਕੀ ਕਰਕੇ ਤੁਸੀਂ ਉਹਨੂੰ ਨਫ਼ਰਤ ਕਰਦੇ ਹੋ ਜੇ ਜਿਹਦੀ ਤਰੱਕੀ ਕਰਕੇ ਉਹ ਮਾਰਿਆ ਵੀ ਤਰੱਕੀ ਕਰਕੇ ਗਿਆ ਕਿਉਂਕਿ ਆਮ ਘਰਾਂ ਦਾ ਮੁੰਡਾ ਸੀ ਤਰੱਕੀ ਕਰ ਗਿਆ ਤੇ ਲੋਕ ਉਹਤੇ ਆਟੋਮੈਟਿਕ ਲੱਗਣੀ ਸੀ ਇਹ ਹਰ ਇੱਕ ਪਿੰਡ ਪਿੰਡ ਦੀ ਕਹਾਣੀ ਹੈ ਕਿ ਕੋਈ ਵੀ ਗਰੀਬ ਘਰੋਂ ਨੌਜਵਾਨ ਉੱਠ ਕੇ ਤਰੱਕੀ ਕਰੂਗਾ ਤਾਂ ਉਹਦਾ ਪਿੰਡੋਂ ਤੇ ਆਟੋਮੈਟਿਕ ਹੀ ਲੱਗੂਗਾ ਭਾਵੇਂ ਪਿੰਡ ਦੇ ਵਿੱਚੋਂ ਵਿਚਰੇ ਨਾ ਵਿਚਰੇ ਕਿਸੇ ਨੂੰ ਕੁਝ ਕਹੇ ਭਾਵੇਂ ਨਾ ਕਹੇ ਆਟੋਮੈਟ ਕੀ ਪਿੰਡ ਦੇ ਉਹਨਾਂ ਲੋਕਾਂ ਦੇ ਕਾਲ ਜੱਗ ਲੱਗ ਜਾਂਦੀ ਐ ਜਿਹੜੇ ਉਹਦੇ ਬਰਾਬਰ ਜੇ ਹੁੰਦੇ ਨੇ ਪਤਾ ਕੀ ਕਹਿੰਦੇ ਆ ਕਿ ਯਾਰ ਇਹ ਸਾਡੇ ਬਰਾਬਰ ਸੀ ਇਹਦੇ ਕੋਲੇ ਜ਼ਮੀਨ ਵੀ ਇੰਨੀ ਕੁ ਸੀ ਇਹਦੇ ਕੋਲੇ ਗੱਡੀਆਂ ਕਿੱਥੋਂ ਆ ਗਈਆਂ ਇਹਦੇ ਕੋਲੇ ਮੋਟਰਸਾਈਕਲ ਕਿੱਥੋਂ ਆ ਗਏ ਇਹਦੇ ਕੋਲੇ ਪੈਸਾ ਕਿੱਥੋਂ ਆ ਗਿਆ ਇਹ ਨਹੀਂ ਸੋਚਣਾ ਹੁੰਦਾ ਕਿ ਮਿਹਨਤ ਕਰਕੇ ਆਪਾਂ ਉਹਦੀ ਬਰਾਬਰੀ ਕਰੀਏ ਪਰ ਉਹਦੀ ਬਰਾਈ ਕਰਕੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੁੰਦਾ ਏਹੀ ਕੰਮ ਮੂਸੇ ਵਾਲੇ ਨਾਲ ਹੋਇਆ ਓਏ ਮੈਂ ਪੁੱਛਣਾ ਚਾਹਣਾ ਕਿ ਮੂਸੇ ਪਿੰਡ ਦੇ ਲੋਕੋ ਝਾਕ ਮਾਰੂਗਾ ਪੂਰੀ ਦੁਨੀਆ ਦੇ ਵਿੱਚ ਤੁਹਾਡੇ ਹੋਰ ਪਿੰਡ ਦੇ ਵਿੱਚੋਂ ਕਿਸੇ ਵੀ ਨੌਜਵਾਨ ਕਰਕੇ ਕਿਸੇ ਵੀ ਬਜ਼ੁਰਗ ਕਰਕੇ ਕਿਸੇ ਸਰਪੰਚ ਕਰਕੇ ਤੁਹਾਡੇ ਪਿੰਡ ਨੂੰ ਕੋਈ ਜਾਣਦਾ ਜਾਂ ਨਹੀਂ ਜਾਣਦਾ ਜੇਕਰ ਤੁਹਾਡੇ ਪਿੰਡ ਨੂੰ ਕੋਈ ਜਾਣਦਾ ਤਾਂ ਸਿੱਧੂ ਮੂਸੇ ਵਾਲੇ ਕਰਕੇ ਜਾਣਦਾ ਤੁਸੀਂ ਕਹਿੰਦੇ ਹੋ ਬਲਕੌਰ ਦੀ ਧੌਣ ਚੋਂ ਕੀਲਾ ਕੱਢਦਾ ਓਏ ਜੀ ਦਾ ਪੁੱਤੀ ਚਲਿਆ ਜਾਵੇ ਪਰ ਜਵਾਨੀ ਦੇ ਵਿੱਚ ਤੇ ਉਹਦੇ ਤਾਂ ਆਟੋਮੈਟਿਕ ਹੀ ਧੌਣ ਦੇ ਵਿੱਚੋਂ ਕੀਲੇ ਵਾਗਰੂ ਨਹੀਂ ਕੱਢਦਾ ਸੀ ਓ ਤੁਸੀਂ ਕੌਣ ਹੋ ਕੱਢਣ ਵਾਲੇ ਯਾਰ ਤੁਸੀਂ ਕੌਣ ਹੋ ਕੱਢਣ ਵਾਲੇ ਜਿਹੜੇ ਕਹਿੰਦੇ ਹੋ ਕਿ ਉਹਨੇ ਸਾਡਾ ਵਿਨਾਸ਼ ਕਰਤਾ ਜੀ ਉਹਨੇ ਐ ਕਰਤਾ ਜੀ ਆ ਪਾਲੀ ਨੰਬਰਦਾਰ ਨੇ ਐ ਕਰਤਾ ਜੀ ਫਲਾਣੇ ਨੇ ਐ ਕਰਤਾ ਜੀ ਬਲਕੌਰ ਨੂੰ ਹਰਾਤਾ ਜੀ ਸਿੱਧੂ ਮੂਸੇ ਵਾਲਾ ਹਾਰ ਗਿਆ ਜੀ ਓਏ ਪਹਿਲਾਂ ਵੀ ਤੁਸੀਂ ਸਿੱਧੂ ਮੂਸੇ ਵਾਲੇ ਨੂੰ ਹਰਾਤਾ ਸੀ ਤੇ ਦੂਜੇ ਪਾਸੇ ਉਹ ਇੱਕ ਜਿਹੜਾ ਸਿੰਗਲਾ ਸੀ ਉਹਨੂੰ ਜਿਤਾਤਾ ਸੀ ਉਹਨੇ ਕੀ ਲੱਲਰ ਲਾਤੇ ਸੀ ਕਿੰਨੇ ਕ ਟਾਈਮ ਬਾਅਦ ਉਹ ਫੜਿਆ ਗਿਆ ਸੀ 2 ਨੰਬਰ ਦਾ ਕੰਮ ਕਰਦੇ ਹੋਏ ਜੇ ਮੂਸੇ ਵਾਲਾ ਜਿੱਤਿਆ ਹੁੰਦਾ ਤਾਂ ਅੱਜ ਮਾਨਸਾ ਦੁਨੀਆ ਦੇ ਨਕਸ਼ੇ 'ਚ ਹੁੰਦਾ ਦੁਨੀਆ ਦੇ ਨਕਸ਼ੇ 'ਚ ਜੇ ਮੂਸੇ ਵਾਲਾ ਜਿਉਂਦਾ ਹੁੰਦਾ ਜੇ ਮੂਸੇ ਵਾਲਾ ਜਿਉਂਦਾ ਹੁੰਦਾ ਤਾਂ ਅੱਜ ਤੁਹਾਡਾ ਮਾਨਸਾ ਬੈਕਵਾਰ ਨਾ ਹੁੰਦਾ ਉਹ ਬੰਦੇ ਦੀ ਇੰਨੀ ਤਕੜੀ ਸੋਚੀ ਤੇ ਤੁਹਾਡੀ ਇੰਨੀ ਨੀਵੀਂ ਸੋਚ ਓਏ ਲਹਨਤੀਓ ਇੰਨੀ ਨੀਵੀਂ ਸੋਚ ਜਿਹੜਿਆ ਵੀਡੀਓ ਦੇ ਵਿੱਚ ਬੋਲ ਰਹੇ ਨੇ ਇੰਨੀ ਨੀਵੀਂ ਸੋਚ ਦਾ ਜਿਹੜਾ ਪੱਧਰ ਤੁਸੀਂ ਦਿਖਾਇਆ ਉਹਦੇ ਨਾਲ ਹਰ ਇੱਕ ਹਰ ਇੱਕ ਨੌਜਵਾਨ ਦੇ ਹਰ ਇੱਕ ਬਜ਼ੁਰਗ ਦੇ ਹਰ ਇੱਕ ਮਾਵਾ ਪੈਣਾ ਦੇ ਜੋ ਮੂਸੇ ਵਾਲੇ ਨੂੰ ਪਿਆਰ ਕਰਦੇ ਨੇ ਉਹ 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 ਦੀਆਂ ਦਿਲ ਦੀਆਂ ਗਹਿਰਾਈਆਂ ਤੇ ਭਾਵਨਾਵਾਂ ਨੂੰ ਠੇਸ ਤੁਸੀਂ ਪਹਚਾਈ ਹੈ ਓਏ ਭਰਾਵੋ ਜਿੱਤਾਂ ਹਾਰਾਂ ਹੁੰਦੀਆਂ ਆਈਆਂ ਨੇ ਇਹ ਨਹੀਂ ਹੁੰਦਾ ਕਿ ਸਾਰਾ ਟੋਕਰੀ ਤੁਸੀਂ ਬਲਕੌਰ ਸਿੰਘ ਤੇ ਸੜਤਾ ਤੁਹਾਡਾ ਹੱਕ ਬਣਦਾ ਸੀ ਵੈਸੇ ਤਾਂ ਮੂਸੇ ਪਿੰਡ ਦੇ ਲੋਕੋ ਬਲਕੌਰ ਸਿੰਘ ਦੇ ਉੱਤੇ ਸਹਿਮਤੀ ਕਰਦੇ ਜਾਂ ਉਹਨੂੰ ਕਹਿੰਦੇ ਕਿ ਤੂੰ ਸਾਡੇ ਪਿੰਡ ਦਾ ਨਾਂ ਰੌਸ਼ਨ ਕੀਤਾ ਤੇਰੇ ਮੁੰਡੇ ਨੇ ਆ ਚੱਕ ਜਿੰਨੇ ਵੀ ਚੋਣਾ ਹੋਣਗੇ ਜਾਂ ਜਦੋਂ ਤੱਕ ਤੂੰ ਜਿਉਂਦਾ ਹੋਵੇਂਗਾ ਜਿਹੜੇ ਨੂੰ ਤੂੰ ਸਰਪੰਚ ਬਣਾ ਦੇਗਾ ਅਸੀਂ ਸਹਿਮਤਾਂ ਇਹ ਹੁੰਦੀ ਤੁਹਾਡੀ ਚੰਗੀ ਸੋਚ ਉਹ ਪਰ ਤੁਸੀਂ ਖਿਜਾ ਪਿੱਟਦੇ ਹੋ ਯਾਰ ਤੁਸੀਂ ਉਹਦੀ ਤਰੱਕੀ ਤੇ ਲੱਗਦੇ ਹੋ ਯਾਰ ਤੁਸੀਂ ਮਰੇ ਪਏ ਬੰਦੇ ਨੂੰ ਵੀ ਕਹੀ ਜਾਂਦੇ ਮੂਸੇ ਆਲਾ ਹਾਰ ਗਿਆ ਮਰੇ ਪਏ ਨੂੰ ਵੀ ਓਏ ਉਹ ਤਾਂ ਉਦੋਂ ਹੀ ਹਾਰ ਗਿਆ ਸੀ ਆ ਜਿੱਦਾਂ ਲਾਰਸ ਹਾਰ ਗਿਆ ਦੇ ਇੰਟਰਵਿਊਆ ਜੇਲ੍ਹਾਂ ਚੋਂ ਆਉਂਦੀਆਂ ਨੇ ਉਹ ਤਾਂ ਉਦੋਂ ਹੀ ਸਰਕਾਰ ਨੇ ਹਰਾਤਾ ਸੀ ਜਿੱਦਾਂ ਸਰਕਾਰਾਂ ਉਹਨੂੰ ਇਨਸਾਫ ਨਹੀਂ ਦੇ ਰਹੀਆਂ ਉਹ ਤਾਂ ਉੱਧੀ ਰਾਤ ਆ ਸੀ ਜਦੋਂ ਐਮ ਐਲ ਏ ਦੇ ਵਿੱਚੋਂ ਉਹ ਚੋਣ ਹਾਰ ਗਿਆ ਸੀ ਉਹ ਤੁਸੀਂ ਜਿਤਾਇਆ ਕਿੱਥੇ ਆ ਮਾਨਸਾ ਦੇ ਲੋਕੋ ਤੁਸੀਂ ਇਹ ਸੋਚੋ ਕਿ ਸਿੱਧੂ ਨੇ ਤੁਹਾਡੇ ਮਾਨਸਾ ਦਾ ਨਾਮ ਕਿੱਡਾ ਉੱਚਾ ਕੀਤਾ ਤੇ ਤੁਹਾਨੂੰ ਹਰ ਇੱਕ ਜਗ੍ਹਾ ਤੋਂ ਉਹ ਜਿਤਾ ਕੇ ਲਾਇਆ ਤੁਹਾਡੀ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਾਤੀ ਮਾਨਸਾ ਦੀ ਤੇ ਪਹਿਲਾਂ ਮਾਨਸਾ ਦੇ ਲੋਕਾਂ ਨੇ ਹਰਾਇਆ ਤੇ ਅੱਜ ਮੂਸੇ ਦੇ ਲੋਕਾਂ ਨੇ ਹਰਾਇਆ ਤੇ ਤੁਸੀਂ ਉਹਦਾ ਦੇਣਾ ਸਾਰੀ ਉਮਰ ਨਹੀਂ ਦੇ ਸਕਦੇ ਸੀ ਪਰ ਜਿਹੜੀਆਂ ਆੱਖੇ ਜਾ ਪਿੱਟਣ ਲੱਗੀਆਂ ਇਹਦੇ ਵਾਸਤੇ ਤੁਹਾਨੂੰ ਲੱਖ ਲੱਖ ਲਾਹਨਤਾਂ ਨੇ ਓਏ ਲੱਖ ਲੱਖ ਲਾਹਨਤਾਂ ਨੇ ਉਹ ਲੱਖ ਲਾਹਨਤਾਂ ਨੇ ਜਿੰਨੇ ਵੀ ਭਰਾ ਸਿੱਧੂ ਨੂੰ ਪਿਆਰ ਕਰਦੇ ਆ ਜਿਹੜੀ ਆ ਵੀਡੀਓ ਦੇਖਦੇ ਨੇ ਇਹਨਾਂ ਲੋਕਾਂ ਨੂੰ ਲਾਹਨਤਾਂ ਪਾਓ ਤਾਂ ਜੋ ਪਤਾ ਲੱਗੇ ਜੇਕਰ ਸਾਡੇ ਪੰਜਾਬ ਦੇ ਵਿੱਚੋਂ ਗਰੀਬ ਘਰ ਦਾ ਕੋਈ ਨੌਜਵਾਨ ਉੱਠ ਕੇ ਚੰਗੇ ਕੰਮ ਕਰਦਾ ਹੈ ਪੂਰੇ ਪੰਜਾਬ ਪੱਧਰ ਲਈ ਕੰਮ ਕਰਦਾ ਹੈ ਜਿਹੜੇ ਵੀ ਲੋਕ ਉਹਤੇ ਲੱਗਦੇ ਆ ਜਾਂ ਉਹਦੇ ਨਾਲ ਜ਼ਹਿਲ ਸੀ ਰੱਖਦੇ ਆ ਜਾਂ ਉਹਦੀ ਤਰੱਕੀ ਤੇ ਲੱਗਦੇ ਆ ਉਹਨਾਂ ਨੂੰ ਲਾਹਨਤਾਂ ਜਰੂਰ ਪਾਇਆ ਕਰੋ ਨਹੀਂ ਤਾਂ ਫਿਰ ਇੱਥੇ ਨੌਜਵਾਨ ਕਿਸੇ ਨੇ ਯੁਰਤ ਨਹੀਂ ਕਰਨੀ ਕਿ ਆਪਣੇ ਆਪਣੇ ਪੰਜਾਬ ਲਈ ਕੁਛ ਕਰ ਪਾਵਾ ਆਪਣੇ ਪਿੰਡ ਲਈ ਕੁਛ ਕਰ ਪਾਵਾ ਇਸ ਕਰਕੇ ਪੰਜਾਬ ਦੇ ਲੋਕੋ ਇਸ ਬੰਦਿਆਂ ਨੂੰ ਜਰੂਰ ਲਾਹਨਤਾਂ ਪਾਓ ਜਿਹੜੇ ਨੇ ਮੂਸੇ ਵਾਲੇ ਦੇ naam ਦੇ ਉੱਪਰ ਆ ਆ ਜਿਹੜੀਆਂ ਬੋਲੀਆਂ ਬੋਲੀਆਂ ਨੇ ਜਾਂ ਉਹਨਾਂ ਨੂੰ ਬਦਨਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਸੇ ਪਿੰਡ ਦੇ ਲੋਕਾਂ ਨੂੰ ਲੱਖ ਲੱਖ ਲਾਹਨਤਾਂ ਮੂਸੇ ਪਿੰਡ ਦੇ ਲੋਕਾਂ ਦੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਮੈਂ ਕਹਣਾ ਵੀ ਹਰ ਇੱਕ ਬੰਦੇ ਦਾ ਦਿਲ ਡੋਲ ਜਾਣਾ ਕਿ ਜਿਹੜੇ ਮੂਸੇ ਪਿੰਡ ਦੇ ਲੋਕ ਅੱਜ ਸਿੱਧੂ ਮੂਸੇ ਵਾਲੇ ਦੇ ਬਾਰੇ ਬੋਲ ਰਹੇ ਨੇ ਜਾਂ ਉਹਨਾਂ ਦੇ ਪਿਤਾ ਦੇ ਖਿਲਾਫ ਬੋਲ ਰਹੇ ਨੇ ਅੱਜ ਸਿੱਧੂ ਮੂਸੇ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਮੂਸਾ ਪਿੰਡ ਅੱਜ ਜੇਕਰ ਇੰਟਰਨੈਸ਼ਨਲ ਤੇ ਜਾਂ ਪੂਰੀ ਦੁਨੀਆ ਦੇ ਵਿੱਚ ਜੇ ਨਾਂ ਗੂੰਜੇ ਤਾਂ ਉਹ ਬਲਕੌਰ ਦੇ ਪੁੱਤ ਕਰਕੇ ਗੂੰਜਿਆ ਜੇਕਰ ਅਜਮੂਸੇ ਨੂੰ ਕੋਈ ਜਾਣਦਾ ਤਾਂ ਸਿੱਧੂ ਮੂਸੇ ਵਾਲੇ ਕਰਕੇ ਜਾਣਦਾ ਮੈਂ ਉਹਨਾਂ ਲਾਹਣਤੀਆਂ ਲੋਕਾਂ ਨੂੰ ਉਹਨਾਂ ਲਾਹਣਤੀਆਂ ਲੋਕਾਂ ਨੂੰ ਲਾਹਣਤ ਪਾਉਣਾ ਓਏ ਪੰਜਾਬ ਉਹ ਮੂਸੇਪਿੰਡ ਦੇ ਲੋਕੋ ਉਹ ਤੁਹਾਡੇ ਲਈ ਕੀਤਾ ਕੀ ਨਹੀਂ ਯਾਰ ਸਿੱਧੂ ਨੇ ਉਹ ਤੁਹਾਨੂੰ ਤੁਹਾਡੀ ਪਛਾਣ ਪੂਰੀ ਦੁਨੀਆ 'ਚ ਬਣਾਤੀ ਯਾਰ ਤੇ ਤੁਸੀਂ ਇੰਨਾ ਚੰਗਾ ਮੰਦਾ ਬੋਲੋ ਇੰਨਾ ਚੰਗਾ ਮੰਦਾ ਬੋਲੋ ਕੀ ਯਾਰ ਲੱਖ ਹੀ ਲਾਨਤਾ ਯਾਰ ਲੱਖ ਹੀ ਲਾਨਤਾ ਆ ਵੀਡੀਓ ਜਰੂਰ ਸੁਣ ਲਿਓ ਇੱਕ ਵਾਰੀ ਜਿਹੜੇ ਭਰਾਵਾਂ ਕੋਲੇ ਪਹੁੰਚੀ ਨੇ ਉਹ ਸੁਣ ਲਿਓ ਕਿ ਤੁਸੀਂ ਵੀ ਕਿੰਨੀਆਂ ਕਲਾਹਨਤਾ ਪਾਉਂਗੇ ਇਹਨਾਂ ਲੋਕਾਂ ਨੂੰ ਕੀ ਕੁਛ ਇਹ ਮੂਸੇਪਿੰਡ ਦੇ ਲੋਕ ਨੇ ਜਿਹੜੇ ਮੂਸੇਪਿੰਡ ਨੂੰ ਮੂਸੇਪਿੰਡ ਨੂੰ ਦੁਨੀਆ ਦੇ ਉੱਪਰ ਪਹਚਾਣ ਵਾਲਾ ਸਿੱਧੂ ਮੂਸੇ ਵਾਲਾ ਸਿੱਧੂ ਕਦੇ ਕਹਿੰਦਾ ਹੁੰਦਾ ਸੀ ਕਿ ਯਾਰ ਜਿਹੜਾ ਬੰਦਾ ਗਰੀਬੀ 'ਚੋਂ ਉੱਠ ਕੇ ਮਿਹਨਤ ਕਰਦਾ ਹੈ ਉਹ ਤੇ ਆਟੋਮੈਟਿਕ ਲੋਕ ਲੱਗਣ ਲੱਗ ਜਾਂਦੇ ਆ ਇਹ ਬਿਲਕੁਲ ਹੀ ਸਿੱਧ ਹੋ ਗਿਆ ਕਿ ਕੋਈ ਵੀ ਬੰਦਾ ਜੇਕਰ ਕੋਈ ਤਰੱਕੀ ਕਰੂਗਾ ਤਾਂ ਉਹਦੇ ਆਲੇ-ਦਾਲੇ ਦੇ ਲੋਕ ਤੇ ਉਹਦਾ ਪਿੰਡ ਆਟੋਮੈਟਿਕ ਹੀ ਉੱਤੇ ਲੱਗਣਾ ਸਟਾਰਟ ਹੋ ਜਾਂਦਾ ਤੇ ਨਾ ਹੀ ਉਹਨੂੰ ਵੋਟਾਂ ਪਾਵੇ ਇਹ ਗੱਲ ਮੂਸੇ ਪਿੰਡ ਦੇ ਲੋਕਾਂ ਨੇ ਕਲੀਅਰ ਕਰਤੀ ਕਲੀਅਰ ਤਾਂ ਕੀਤੀ ਹੈ ਕਿ ਸਿੱਧੂ ਦਾ ਪਰਿਵਾਰ ਇੰਨੀ ਤਰੱਕੀ ਕਿਉਂ ਕਰ ਗਿਆ ਇਹ ਨਹੀਂ ਸੋਚਿਆ ਕਿ ਮੂਸੇ ਪਿੰਡ ਨੂੰ ਜੇਕਰ ਪੂਰੀ ਦੁਨੀਆ ਦੇ ਵਿੱਚ ਲਜਾਣ ਵਾਲਾ ਤਾਂ ਸਿੱਧੂ ਮੂਸੇ ਵਾਲਾ ਹੈ ਇਹ ਨਹੀਂ ਸੋਚਿਆ ਕਿ ਜੇਕਰ ਮੂਸੇ ਦੀਆਂ ਜ਼ਮੀਨਾਂ ਦੇ ਰੇਟ ਵਧੇ ਨੇ ਤਾਂ ਉਹ ਸਿੱਧੂ ਮੂਸੇ ਵਾਲੇ ਕਰਕੇ ਵਧੇ ਨੇ ਇਹ ਨਹੀਂ ਸੋਚਿਆ ਕਿ ਸਿੱਧੂ ਨੇ ਵਿਕਾਸ ਕੱਲਾ ਗਲੀਆਂ ਨਾਲੀਆਂ ਦਾ ਚੱਲ ਨਹੀਂ ਕੀਤਾ ਹੋਊਗਾ ਗਲੀਆਂ ਨਾਲੀਆਂ ਨਾਲ ਵਿਕਾਸ ਨਹੀਂ ਹੁੰਦੇ ਹੁੰਦੇ ਭਰਾਵੋ ਕੱਲੀਆਂ ਗਲੀਆਂ ਨਾਲੀਆਂ ਬਣਾਉਣ ਨਾਲ ਵਿਕਾਸ ਨਹੀਂ ਹੁੰਦੇ ਉਥੋਂ ਦੀਆਂ ਜ਼ਮੀਨਾਂ ਦੇ ਰੇਟ ਦੇਖੋ ਕਿੰਨੇ ਦੁੱਗਣੇ ਹੋ ਗਏ ਉਥੇ ਇੰਡਸਟਰੀ ਕਿੰਨੀ ਆਉਣੀ ਸੀ ਜੇਕਰ ਸਿੱਧੂ ਜਿਉਂਦਾ ਰਹਿੰਦਾ ਬਸ ਇਹੀ ਮੰਨ ਦੇ ਵਿੱਚ ਆ ਸਿੱਧੂ ਦੇ ਪਿੰਡ ਦੇ ਲੋਕਾਂ ਦੇ ਉਹ ਲਾਂਹਟੀ ਲੋਕਾਂ ਦੇ ਕਿ ਸਿੱਧੂ ਤਿੰਨ ਚਾਰ ਕਿੱਲੇ ਵਾਲਾ ਇੱਕ ਨੌਜਵਾਨ ਸੀ ਐ ਉਹ ਤਰੱਕੀ ਕਿਉਂ ਕਰ ਗਿਆ ਇਸੇ ਕਰਕੇ ਲੱਗੀ ਜਾਂਦੇ ਆ ਮੈਂ ਕਹਣਾ ਵੀ ਅੱਜ ਕੱਲ ਲੋਕਾਂ ਦੇ ਮਨਾਂ ਦੇ ਵਿੱਚ ਗੱਲੇ ਹੀ ਇਹ ਨੇ ਕਿ ਜੇਕਰ ਕੋਈ ਗਰੀਬ ਘਰ ਦੇ ਵਿੱਚੋਂ ਉੱਠ ਕੇ ਕੋਈ ਤਰੱਕੀ ਕਰ ਜੇ ਚੰਗੀ ਰੋਟੀ ਖਾਣ ਲੱਗ ਜੇ ਚੰਗਾ ਪਹਿਨਣ ਲੱਗ ਜੇ ਕੋਈ ਗੱਡੀਆਂ ਕਾਰਾਂ ਲੈ ਲੇ ਤਾਂ ਆਟੋਮੈਟਿਕੀ ਉਸ ਬੰਦੇ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਭਾਵੇਂ ਉਹ ਕਿਸੇ ਤੇ ਜਾਨ ਛਿੜਕ ਦੇ ਭਾਵੇਂ ਕਿਸੇ ਨੂੰ ਸੋਨੇ 'ਚ ਮੜਾ ਦੇ ਪਰ ਉਹਦਾ ਵਿਰੋਧ ਆਟੋਮੈਟਿਕੀ ਹੋਣੀ ਹੋਣਾ ਕਿ ਇਹ ਸਾਡੇ ਤੋਂ ਮੂਰੇ ਕਿਉਂ ਲੰਘਿਆ ਇਹੀ ਗੱਲ ਕੀਤੀ ਹੈ ਮੂਸੇ ਪਿੰਡ ਦੇ ਲੋਕਾਂ ਨੇ ਓਏ ਲਾਨਤੀਓ ਤੁਹਾਨੂੰ ਸ਼ਰਮ ਨਹੀਂ ਆਈ ਓਏ ਸ਼ਰਮ ਹੋਣੀ ਚਾਹੀਦੀ ਸੀ ਕਿ ਨੌ ਜਬਾਨ ਜਿਨੇ ਪੂਰੇ ਪੰਜਾਬ ਪੰਜਾਬ ਦੀਆਂ ਲਾ ਲੋ ਜੇ ਪੂਰੇ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਅੱਜ ਜਾਣਦਾ ਤਾਂ ਸਿੱਧੂ ਮੂਸੇ ਵਾਲੇ ਕਰਕੇ ਜਾਣਦਾ ਜੇਕਰ ਅੱਜ ਬਲਵਿੰਦਰ ਸਿੰਘ ਜਟਾਣੇ ਨੂੰ ਨਵੀਂ ਨੌਜਵਾਨ ਪੀੜੀ ਨੇ ਪਹਿਚਾਣਿਆ ਜਾਣਿਆ ਤਾਂ ਮੂਸੇ ਵਾਲੇ ਦੇ ਗਾਣੇ ਕਰਕੇ ਜਾਣਿਆ ਐਸਬੀਐਲ ਦਾ ਮਸਲਾ ਜੇਕਰ ਚੱਕਿਆ ਤਾਂ ਮੂਸੇ ਵਾਲੇ ਦੇ ਗਾਣੇ ਨੇ ਚੱਕਿਆ ਕਿੱਡੀਆਂ ਕਿੱਡੀਆਂ ਗੱਲਾਂ ਹਰੀ ਸਿੰਘ ਨਲੂਏ ਦੀ ਬਾਰ ਗਾਈ ਤਾਂ ਮੂਸੀ ਵਾਲੇ ਮੂਸੇ ਵਾਲੇ ਕਰਕੇ ਨਵੀਂ ਜਿਹੜੀ ਜੰਗ ਨੌਜਵਾਨੀ ਹੈ ਉਹਨਾਂ ਦੇ ਵਿੱਚ ਹਰੀ ਸਿੰਘ ਨਲੂਏ ਨੂੰ ਪੈਦਾ ਕੀਤਾ ਮੂਸੇ ਵਾਲੇ ਦੀਆਂ ਦੇਣਾ ਕਿੱਡੀਆਂ ਨੇ ਯਾਰ ਕੱਲਾ ਵਿਕਾਸ ਪਿੰਡ ਦਾ ਇਹ ਨਹੀਂ ਹੁੰਦਾ ਕਿ ਗਲੀਆਂ ਨਾਲੀਆਂ ਨਹੀਂ ਬਣਾਈਆਂ ਜੀ ਆਹ ਤੋਬੇ ਨਹੀਂ ਕਰੇ ਜੀ ਆਹ ਪਾਰਕ ਨਹੀਂ ਬਣਾਇਆ ਜੀ ਇਹਨਾਂ ਨੂੰ ਵਿਕਾਸ ਨਹੀਂ ਕਹਿੰਦੇ ਹੁੰਦੇ ਓਏ ਮੂਸੇ ਦੇ ਲੋਕੋ ਇਹਨਾਂ ਨੂੰ ਵਿਕਾਸ ਨਹੀਂ ਕਹਿੰਦੇ ਹੁੰਦੇ ਤੁਹਾਨੂੰ ਕੌਣ ਜਾਣਦਾ ਸੀ ਓਏ ਮਾਨਸਾ ਦੇ ਵਿੱਚ ਤੁਸੀਂ ਇੱਕ ਤੁਹਾਡਾ ਮੂਸਾ ਪਿੰਡ ਇਹਨੂੰ ਕੌਣ ਜਾਣਦਾ ਸੀ ਕੋਈ ਨੋਂ ਤੱਕ ਨਹੀਂ ਲੈਂਦਾ ਸੀ ਮੂਸੇ ਪਿੰਡ ਦਾ ਜੇਕਰ ਅੱਜ ਮੂਸਾ ਮੂਸਾ ਹੁੰਦੀ ਹੈ ਤਾਂ ਤੁਹਾਡੇ ਪਿੰਡ ਦੇ ਉਹ ਨੌਜਵਾਨ ਕਰਕੇ ਹੁੰਦੀ ਹੈ ਜਿਹਦੀ ਤਰੱਕੀ ਤੋਂ ਤੁਸੀਂ ਸਾੜਾ ਕਰਦੇ ਹੋ ਜਿਹੜੀ ਤਰੱਕੀ ਕਰਕੇ ਤੁਸੀਂ ਉਹਨੂੰ ਨਫ਼ਰਤ ਕਰਦੇ ਹੋ ਜੇ ਜਿਹਦੀ ਤਰੱਕੀ ਕਰਕੇ ਉਹ ਮਾਰਿਆ ਵੀ ਤਰੱਕੀ ਕਰਕੇ ਗਿਆ ਕਿਉਂਕਿ ਆਮ ਘਰਾਂ ਦਾ ਮੁੰਡਾ ਸੀ ਤਰੱਕੀ ਕਰ ਗਿਆ ਤੇ ਲੋਕ ਉਹਤੇ ਆਟੋਮੈਟਿਕ ਲੱਗਣੀ ਸੀ ਇਹ ਹਰ ਇੱਕ ਪਿੰਡ ਪਿੰਡ ਦੀ ਕਹਾਣੀ ਹੈ ਕਿ ਕੋਈ ਵੀ ਗਰੀਬ ਘਰੋਂ ਨੌਜਵਾਨ ਉੱਠ ਕੇ ਤਰੱਕੀ ਕਰੂਗਾ ਤਾਂ ਉਹਦਾ ਪਿੰਡੋਂ ਤੇ ਆਟੋਮੈਟਿਕ ਹੀ ਲੱਗੂਗਾ ਭਾਵੇਂ ਪਿੰਡ ਦੇ ਵਿੱਚੋਂ ਵਿਚਰੇ ਨਾ ਵਿਚਰੇ ਕਿਸੇ ਨੂੰ ਕੁਝ ਕਹੇ ਭਾਵੇਂ ਨਾ ਕਹੇ ਆਟੋਮੈਟਿਕ ਹੀ ਪਿੰਡ ਦੇ ਉਹਨਾਂ ਲੋਕਾਂ ਦੇ ਕਾਲ ਜੇ ਅੱਗ ਲੱਗ ਜਾਂਦੀ ਹੈ ਜਿਹੜੇ ਉਹਦੇ ਬਰਾਬਰ ਜੇ ਹੁੰਦੇ ਨੇ ਪਤਾ ਕੀ ਕਹਿੰਦੇ ਆ ਕਿ ਯਾਰ ਇਹ ਸਾਡੇ ਬਰਾਬਰ ਸੀ ਇਹਦੇ ਕੋਲ ਜ਼ਮੀਨ ਵੀ ਇੰਨੀ ਕੁ ਸੀ ਇਹਦੇ ਕੋਲ ਗੱਡੀਆਂ ਕਿੱਥੋਂ ਆ ਗਈਆਂ ਇਹਦੇ ਕੋਲ ਮੋਟਰਸਾਈਕਲ ਕਿੱਥੋਂ ਆ ਗਏ ਇਹਦੇ ਕੋਲ ਪੈਸਾ ਕਿੱਥੋਂ ਆ ਗਿਆ ਇਹ ਨਹੀਂ ਸੋਚਣਾ ਹੁੰਦਾ ਕਿ ਮਿਹਨਤ ਕਰਕੇ ਆਪਾਂ ਉਹਦੀ ਬਰਾਬਰੀ ਕਰੀਏ ਪਰ ਉਹਦੀ ਬਰਾਈ ਕਰਕੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੁੰਦਾ ਹੈ ਇਹੀ ਕੰਮ ਮੂਸੇ ਵਾਲੇ ਨਾਲ ਹੋਇਆ ਓਏ ਮੈਂ ਪੁੱਛਣਾ ਚਾਹਣਾ ਕੀ ਮੂਸੇ ਪਿੰਡ ਦੇ ਲੋਕੋ ਝਾਕ ਮਾਰੋਂਗਾ ਪੂਰੀ ਦੁਨੀਆ ਦੇ ਵਿੱਚ ਤੁਹਾਡੇ ਹੋਰ ਪਿੰਡ ਦੇ ਵਿੱਚੋਂ ਕਿਸੇ ਵੀ ਨੌਜਵਾਨ ਕਰਕੇ ਕਿਸੇ ਵੀ ਬਜ਼ੁਰਗ ਕਰਕੇ ਕਿਸੇ ਸਰਪੰਚ ਕਰਕੇ ਤੁਹਾਡੇ ਪਿੰਡ ਨੂੰ ਕੋਈ ਜਾਣਦਾ ਜਾਂ ਨਹੀਂ ਜਾਣਦਾ ਜੇਕਰ ਤੁਹਾਡੇ ਪਿੰਡ ਨੂੰ ਕੋਈ ਜਾਣਦਾ ਤਾਂ ਸਿੱਧੂ ਮੂਸੇ ਵਾਲੇ ਕਰਕੇ ਜਾਣਦਾ ਤੁਸੀਂ ਕਹਿੰਦੇ ਹੋ ਬਲਕੌਰ ਦੀ ਧੌਣ ਚ ਕੀਲਾ ਕਢਤਾ ਓਏ ਜੀ ਦਾ ਪੁੱਤੀ ਚਲਿਆ ਜਾਵੇ ਪਰ ਜਵਾਨੀ ਦੇ ਵਿੱਚ ਤੇ ਉਹਦੇ ਤਾਂ ਆਟੋਮੈਟਿਕ ਹੀ ਧੌਣ ਦੇ ਵਿੱਚੋਂ ਕੀਲੇ ਵਾਗਰੂ ਨਹੀਂ ਕੱਢਦਾ ਸੀ ਉਹ ਤੁਸੀਂ ਕੌਣੋਂ ਕੱਢਣ ਵਾਲੇ ਯਾਰ ਤੁਸੀਂ ਕੌਣੋਂ ਕੱਢਣ ਵਾਲੇ ਜਿਹੜੇ ਕਹਿੰਦੇ ਹੋ ਕਿ ਉਹਨੇ ਸਾਡਾ ਵਿਨਾਸ਼ ਕਰਤਾ ਜੀ ਉਹਨੇ ਐ ਕਰਤਾ ਜੀ ਆ ਪਾਲੀ ਨੰਬਰਦਾਰ ਨੇ ਐ ਕਰਤਾ ਜੀ ਫਲਾਣੇ ਨੇ ਐ ਕਰਤਾ ਜੀ ਬਲਕੌਰ ਨੂੰ ਹਰਾਤਾ ਜੀ ਸਿੱਧੂ ਮੂਸੇ ਵਾਲਾ ਹਾਰ ਗਿਆ ਜੀ ਓਏ ਪਹਿਲਾਂ ਵੀ ਤੁਸੀਂ ਸਿੱਧੂ ਮੂਸੇ ਵਾਲੇ ਨੂੰ ਹਰਾਤਾ ਸੀ ਤੇ ਦੂਜੇ ਪਾਸੇ ਉਹ ਇੱਕ ਜਿਹੜਾ ਸਿੰਗਲਾ ਸੀ ਉਹਨੂੰ ਜਿਤਾਤਾ ਸੀ ਉਹਨੇ ਕੀ ਲੱਲਰ ਲਾਤੇ ਸੀ ਕਿੰਨੇ ਕ ਟਾਈਮ ਬਾਅਦ ਉਹ ਫੜਿਆ ਗਿਆ ਸੀ 2 ਨੰਬਰ ਦਾ ਕੰਮ ਕਰਦੇ ਹੋਏ ਜੇ ਮੂਸੇ ਵਾਲਾ ਜਿੱਤਿਆ ਹੁੰਦਾ ਤਾਂ ਅੱਜ ਮਾਨਸਾ ਦੁਨੀਆ ਦੇ ਨਕਸ਼ੇ 'ਚ ਹੁੰਦਾ ਦੁਨੀਆ ਦੇ ਨਕਸ਼ੇ 'ਚ ਜੇ ਮੂਸੇ ਵਾਲਾ ਜਿਉਂਦਾ ਹੁੰਦਾ ਜੇ ਮੂਸੇ ਵਾਲਾ ਜਿਉਂਦਾ ਹੁੰਦਾ ਤਾਂ ਅੱਜ ਤੁਹਾਡਾ ਮਾਨਸਾ ਬੈਕਵਾਰ ਨਾ ਹੁੰਦਾ ਉਹ ਬੰਦੇ ਦੀ ਇੰਨੀ ਤਕੜੀ ਸੋਚੀ ਤੇ ਤੁਹਾਡੀ ਇੰਨੀ ਨੀਵੀਂ ਸੋਚ ਓਏ ਲਹਣਤੀਓ ਇੰਨੀ ਨੀਵੀਂ ਸੋਚ ਜਿਹੜਿਆ ਵੀਡੀਓ ਦੇ ਵਿੱਚ ਬੋਲ ਰਹੇ ਨੇ ਇੰਨੀ ਨੀਵੀਂ ਸੋਚ ਦਾ ਜਿਹੜਾ ਪੱਧਰ ਤੁਸੀਂ ਦਿਖਾਇਆ ਹੈ ਉਹਦੇ ਨਾਲ ਹਰ ਇੱਕ ਹਰ ਇੱਕ ਨੌਜਵਾਨ ਦੇ ਹਰ ਇੱਕ ਬਜ਼ੁਰਗ ਦੇ ਹਰ ਇੱਕ ਮਾਵਾ ਪੈਣਾ ਦੇ ਜੋ ਮੂਸੇ ਵਾਲੇ ਨੂੰ ਪਿਆਰ ਕਰਦੇ ਨੇ ਉਹ 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 ਦੀਆਂ ਦਿਲ ਦੀਆਂ ਗਹਿਰਾਈਆਂ ਤੇ ਭਾਵਨਾਵਾਂ ਨੂੰ ਠੇਸ ਤੁਸੀਂ ਪਹਿਚਾਈ ਹੈ ਓਏ ਭਰਾਵੋ ਜਿੱਤਾਂ ਹਾਰਾਂ ਹੁੰਦੀਆਂ ਆਈਆਂ ਨੇ ਇਹ ਨਹੀਂ ਹੁੰਦਾ ਕਿ ਸਾਰਾ ਟੋਕਰੀ ਤੁਸੀਂ ਬਲਕੌਰ ਸਿੰਘ ਤੇ ਸਿੜਤਾ ਤੁਹਾਡਾ ਹੱਕ ਬਣਦਾ ਸੀ ਵੈਸੇ ਤਾਂ ਮੂਸੇ ਪਿੰਡ ਦੇ ਲੋਕੋ ਬਲਕੌਰ ਸਿੰਘ ਦੇ ਉੱਤੇ ਸਹਿਮਤੀ ਕਰਦੇ ਜਾਂ ਉਹਨੂੰ ਕਹਿੰਦੇ ਕਿ ਤੂੰ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇਰੇ ਮੁੰਡੇ ਨੇ ਆ ਚੱਕ ਜਿੰਨੇ ਵੀ ਚੋਣਾ ਹੋਣਗੇ ਜਾਂ ਜਦੋਂ ਤੱਕ ਤੂੰ ਜਿਉਂਦਾ ਹੋਵੇਂਗਾ ਜਿਹੜੇ ਨੂੰ ਤੂੰ ਸਰਪੰਚ ਬਣਾ ਦੇਗਾ ਅਸੀਂ ਸਹਿਮਤਾਂ ਇਹ ਹੁੰਦੀ ਤੁਹਾਡੀ ਚੰਗੀ ਸੋਚ ਉਹ ਪਰ ਤੁਸੀਂ ਖਿਜਾ ਪਿੱਟਦੇ ਹੋ ਯਾਰ ਤੁਸੀਂ ਉਹਦੀ ਤਰੱਕੀ ਤੇ ਲੱਗਦੇ ਹੋ ਯਾਰ ਤੁਸੀਂ ਮਰੇ ਪਏ ਬੰਦੇ ਨੂੰ ਵੀ ਕਹੀ ਜਾਂਦੇ ਮੂਸੇ ਆਲਾ ਹਾਰ ਗਿਆ ਮਰੇ ਪਏ ਨੂੰ ਵੀ ਓਏ ਉਹ ਤਾਂ ਉਦੋਂ ਹੀ ਹਾਰ ਗਿਆ ਸੀ ਆ ਜਿੱਦਾਂ ਲਾਰਸ ਹਾਰ ਗਿਆ ਦੇ ਇੰਟਰਵਿਊਆ ਜੇਲ੍ਹਾਂ ਚੋਂ ਆਉਂਦੀਆਂ ਨੇ ਉਹ ਤਾਂ ਉਦੋਂ ਹੀ ਸਰਕਾਰ ਨੇ ਹਰਾਤਾ ਸੀ ਜਿੱਦਾਂ ਸਰਕਾਰਾਂ ਉਹਨੂੰ ਇਨਸਾਫ ਨਹੀਂ ਦੇ ਰਹੀਆਂ ਉਹ ਤਾਂ ਉੱਧੀ ਰਾਤ ਆ ਸੀ ਜਦੋਂ ਐਮ ਐਲ ਏ ਦੇ ਵਿੱਚੋਂ ਉਹ ਚੋਣ ਹਾਰ ਗਿਆ ਸੀ ਉਹ ਤੁਸੀਂ ਜਿਤਾਇਆ ਕਿੱਥੇ ਆ ਮਾਨਸਾ ਦੇ ਲੋਕੋ ਤੁਸੀਂ ਇਹ ਸੋਚੋ ਕਿ ਸਿੱਧੂ ਨੇ ਤੁਹਾਡੇ ਮਾਨਸਾ ਦਾ ਨਾਮ ਕਿੱਡਾ ਉੱਚਾ ਕੀਤਾ ਤੇ ਤੁਹਾਨੂੰ ਹਰ ਇੱਕ ਜਗ੍ਹਾ ਤੋਂ ਉਹ ਜਿਤਾ ਕੇ ਲਾਇਆ ਤੁਹਾਡੀ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਾਤੀ ਮਾਨਸਾ ਦੀ ਤੇ ਪਹਿਲਾਂ ਮਾਨਸਾ ਦੇ ਲੋਕਾਂ ਨੇ ਹਰਾਇਆ ਤੇ ਅੱਜ ਮੂਸੇ ਦੇ ਲੋਕਾਂ ਨੇ ਹਰਾਇਆ ਤੇ ਤੁਸੀਂ ਉਹਦਾ ਦੇਣਾ ਸਾਰੀ ਉਮਰ ਨਹੀਂ ਦੇ ਸਕਦੇ ਸੀ ਪਰ ਜਿਹੜੀਆਂ ਆੱਖੇ ਜਾ ਪਿੱਟਣ ਲੱਗੀਆਂ ਇਹਦੇ ਵਾਸਤੇ ਤੁਹਾਨੂੰ ਲੱਖ ਲੱਖ ਲਾਹਨਤਾਂ ਨੇ ਓਏ ਲੱਖ ਲੱਖ ਲਾਹਨਤਾਂ ਨੇ ਉਹ ਲੱਖ ਲਾਹਨਤਾਂ ਨੇ ਜਿਨੇ ਵੀ ਭਰਾ ਸਿੱਧੂ ਨੂੰ ਪਿਆਰ ਕਰਦੇ ਆ ਜਿਹੜੀ ਆ ਵੀਡੀਓ ਦੇਖਦੇ ਨੇ ਇਹਨਾਂ ਲੋਕਾਂ ਨੂੰ ਲਾਹਨਤਾਂ ਪਾਓ ਤਾਂ ਜੋ ਪਤਾ ਲੱਗੇ ਜੇਕਰ ਸਾਡੇ ਪੰਜਾਬ ਦੇ ਵਿੱਚੋਂ ਗਰੀਬ ਘਰ ਦਾ ਕੋਈ ਨੌਜਵਾਨ ਉੱਠ ਕੇ ਚੰਗੇ ਕੰਮ ਕਰਦਾ ਹੈ ਪੂਰੇ ਪੰਜਾਬ ਪੱਧਰ ਲਈ ਕੰਮ ਕਰਦਾ ਹੈ ਜਿਹੜੇ ਵੀ ਲੋਕ ਉਹਤੇ ਲੱਗਦੇ ਆ ਜਾਂ ਉਹਦੇ ਨਾਲ ਜ਼ਹਿਲ ਸੀ ਰੱਖਦੇ ਆ ਜਾਂ ਉਹਦੀ ਤਰੱਕੀ ਤੇ ਲੱਗਦੇ ਆ ਉਹਨਾਂ ਨੂੰ ਲਹਨਤਾਂ ਜਰੂਰ ਪਾਇਆ ਕਰੋ ਨਹੀਂ ਤਾਂ ਫਿਰ ਇੱਥੇ ਨੌਜਵਾਨ ਕਿਸੇ ਨੇ ਯੁਰਤ ਨਹੀਂ ਕਰਨੀ ਕਿ ਆਪਣੇ ਆਪਣੇ ਪੰਜਾਬ ਲਈ ਕੁਛ ਕਰ ਪਾਵਾਂ ਆਪਣੇ ਪਿੰਡ ਲਈ ਕੁਛ ਕਰ ਪਾਵਾਂ ਇਸ ਕਰਕੇ ਪੰਜਾਬ ਦੇ ਲੋਕੋ ਇਸ ਬੰਦਿਆਂ ਨੂੰ ਜਰੂਰ ਲਹਨਤਾਂ ਪਾਓ ਜਿਹੜੇ ਨੇ ਮੂਸੇ ਵਾਲੇ ਦੇ naam ਦੇ ਉੱਪਰ ਆ ਆ ਜਿਹੜੀਆਂ ਬੋਲੀਆਂ ਬੋਲੀਆਂ ਨੇ ਜਾਂ ਉਹਨਾਂ ਨੂੰ ਬਦਨਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ